ਇਸ ਮੌਕੇ ਮਾੜੀ ਹਾਲਤ ਹੈ, ਰੋ ਰੋ ਕੇ ਜੋ ਵਿਰਲਾਪ ਕਰ ਰਹੇ ਨੇ ਇਹ ਦੇਖਿਆ ਨਹੀਂ ਜਾ ਰਿਹਾ, ਕਿਉਂਕਿ ਪੰਜਾਂ ਭੈਣਾਂ ਦਾ ਇਕਲੌਤਾ ਭਰਾ ਸੀ। ਔਰ ਮੈਂ ਸਮਝਦਾ ਜੋ ਪੰਜਾਬ ਸਰਕਾਰ ਦੇ ਵਿੱਚ ਗੁੰਡਾ ਨਾਚ ਹੋਇਆ, ਇਹਦੀ ਉਦਾਹਰਣ ਨਾ ਕਿਤੇ ਬਿਹਾਰ 'ਚ ਮਿਲਦੀ ਹੈ ਨਾ ਕਿਤੇ ਪਾਕਿਸਤਾਨ 'ਚ ਮਿਲਦੀ। ਅਪਰੋਕਸੀਮੇਟਲੀ 300 ਦੇ ਗੇੜ ਦੇ ਵਿੱਚ ਜੇਲ੍ਹ 'ਚ ਗੋਲੀਆਂ ਚੱਲਣ, ਅਤੇ ਅੱਜ ਪੰਜਾਬ ਦੇ ਲੋਕ ਪੁੱਛਦੇ ਕਿ ਗੋਲੀਆਂ ਚਲਾਉਣ ਦਾ ਹੁਕਮ ਕਿਹਨੇ ਦਿੱਤਾ? ਇੱਕ ਚੱਲਦੀ, ਦੋ ਚੱਲਦੀ, 200 ਤਾਂ ਗੋਲੀ ਆਮ ਮੰਨ ਰਹੇ ਨੇ ਇਹ, ਲੇਕਿਨ ਇਹ 200 ਨਹੀਂ, ਇਹ 300 ਤੋਂ ਵੱਧ 'ਚ ਗੋਲੀ ਚੱਲੀ ਆ। ਲੇਕਿਨ ਸਾਨੂੰ ਇਹ ਤਾਂ ਦੱਸੇ ਕਿ ਗੋਲੀ ਚਲਾਉਣ ਦਾ ਹੁਕਮ ਕਿਹਨੇ ਦਿੱਤਾ? ਆਮ ਪਬਲਿਕ ਦੇ ਵਿੱਚ ਕੋਈ ਰੌਲਾ ਹੁੰਦਾ ਗੱਲ ਵੱਖਰੀ ਸੀ, ਵੀ ਜਿਹੜਾ ਸਾਡੇ ਕੰਟਰੋਲ ਤੋਂ ਬਾਹਰ ਹੋ ਗਿਆ। ਇੱਕ ਜਿਹੜੀ 20-20 ਫੁੱਟ ਉੱਚੀ ਦੀਵਾਰ ਹੋਵੇ ਜੇਲ੍ਹ ਦੀ, ਉਹ ਦੀਵਾਰਾਂ ਦੇ ਅੰਦਰ ਇਹ ਵਿਚਾਰੇ ਕੈਦੀ ਹੋਣ, ਹਵਾ ਲਾਤੀ ਹੋਣ, ਅਤੇ ਉਹਨਾਂ ਨੂੰ ਬੈਰਕਾਂ 'ਚ ਬੰਦ ਕਰਨ ਦੀ ਬਜਾਏ ਉਹਨਾਂ 'ਤੇ ਗੋਲੀਆਂ ਚਲਾ ਦੇਣੀਆਂ, ਇਹ ਹਿੰਦੁਸਤਾਨ ਦਾ ਕਾਨੂੰਨ ਨਹੀਂ ਕਹਿੰਦਾ। ਹਾਲਾਤ ਜੋ ਸਾਨੂੰ ਪਤਾ ਲੱਗਿਆ ਸਨੀ ਸੂਦ ਦੇ ਘਰ ਆਏ 'ਤੇ, ਜੋ ਇਹਨਾਂ ਦੇ ਪਰਿਵਾਰ ਨੇ ਦੱਸਿਆ ਕਿ ਸਨੀ ਸੂਦ ਨੂੰ ਦੇ ਕੋਲੋਂ ਮੋਬਾਈਲ ਫੜਿਆ ਗਿਆ। ਮੋਬਾਈਲ ਫੜਨ ਤੋਂ ਬਾਅਦ ਪੈਸੇ ਦੀ ਡਿਮਾਂਡ ਹੋਈ, ਪੈਸੇ ਦੀ ਡਿਮਾਂਡ ਉਹ ਪੂਰੀ ਨਹੀਂ ਕਰ ਸਕਿਆ। ਪਹਿਲਾਂ ਸੁਮਿਤ ਸੂਦ ਨੂੰ ਮਾਰਿਆ ਗਿਆ, ਫਿਰ ਉਹਦੇ ਖਿਲਾਫ਼ ਜਿਹੜਾ ਧਰਨਾ ਦਿੱਤਾ ਜੇਲ੍ਹ ਦੇ ਵਿੱਚ, ਕੈਦੀਆਂ ਨੇ ਹਵਾ ਲਾਤੀਆਂ ਨੇ, ਫਿਰ ਉਹਨਾਂ 'ਤੇ ਗੋਲੀਆਂ ਚਲਾਈਆਂ ਗਈਆਂ। ਮੈਂ ਸਮਝਦਾ ਇਸ ਤੋਂ ਮਾੜੇ ਹਾਲਾਤ ਪੰਜਾਬ 'ਚ ਕਦੀ ਕਿਸੇ ਨੇ ਨਹੀਂ ਦੇਖੇ। ਕਾਂਗਰਸ ਨੇ ਜਦੋਂ ਜਦੋਂ, ਚਾਹੇ 1984 ਦੀ ਗੱਲ ਕਰੀਏ, ਜਦੋਂ ਜਦੋਂ ਵੀ ਕੋਈ ਗੱਲ ਹੁੰਦੀ ਹੈ, ਪੰਜਾਬ ਦੇ ਲੋਕਾਂ ਨੂੰ ਦੱਬਿਆ ਜਾਂਦਾ, ਕੁਚਲਿਆ ਜਾਂਦਾ। ਮੈਂ ਸਮਝਦਾ ਜਿੱਦਾਂ ਜੇਲ੍ਹ ਦੇ ਬਾਹਰ ਲੋਕ ਸੁਰੱਖਿਅਤ ਨਹੀਂ ਸੀ, ਜੇਲ੍ਹ ਦੇ ਅੰਦਰ ਸਮਝਦੇ ਕਿ ਜੇਲ੍ਹ ਦੇ ਅੰਦਰ ਸੁਰੱਖਿਅਤ ਬੈਠੇ ਆ, ਉਹਦੇ ਅੰਦਰ ਵੀ ਸੁਰੱਖਿਅਤ ਨਹੀਂ, ਮੋਬਾਈਲ ਚਲਾ ਜਾਂਦਾ, ਨਸ਼ੇ ਅੰਦਰ ਮਿਲ ਜਾਂਦੇ ਆ, ਇਟ ਮੀਨਸ ਕਲੀਅਰ ਕੱਟ ਹੋ ਗਈ ਕਿ ਚੋਰ ਅਤੇ ਕੁੱਤੀ ਰਲੇ ਹੋਏ ਆ। ਪੁਲਿਸ ਕੈਦੀਆਂ ਨਾਲ ਉਹ ਜਿਹਾ ਵਰਤਾਰਾ ਕਰ ਰਹੀ ਹੈ ਜਿਹੜਾ ਕਿ ਅਮੂਮਨ ਆ, ਜਿਹੜਾ ਅਮੂਮਨ ਦੇ ਰਾਈਟ ਦੀ ਵਾਇਓਲੇਸ਼ਨ ਹੈ। ਅਤੇ ਜਿਹੜਾ ਇਹ ਕੰਮ ਕੀਤਾ ਅੱਜ ਸੁਮਿਤ ਸੂਦ ਦੇ ਪਰਿਵਾਰ ਦੇ ਵਿੱਚ ਆਇਆ, ਮੈਂ ਸਮਝਦਾ ਅੱਜ ਪੰਜਾਬ ਰੋਂਦਾ ਪਿਆ, ਮਾਂ ਰੋਂਦੀ ਪਈ ਆ, ਉਹ ਬੇਟੀਆਂ ਰੋਂਦੀਆਂ ਪਈਆਂ, ਉਹ ਭੈਣਾਂ ਰੋਂਦੀਆਂ ਪਈਆਂ ਭਰਾ ਦੇ ਵਾਸਤੇ। ਅਤੇ ਮੈਂ ਸਮਝਦਾ ਕਿ ਇਹ ਜਿਹੜੇ ਰੰਧਾਵਾ ਸਾਹਿਬ, ਉਲਟਾ ਤਾਂ ਕਾਰਵਾਈ ਹੋਣੀ ਚਾਹੀਦੀ ਸੀ ਸਿਫਰਾਂ 'ਤੇ, ਉੱਥੇ ਉਹਨਾਂ ਨੂੰ ਗੱਫੇ ਦਿੱਤੇ ਜਾ ਰਹੇ, ਗੱਫੇ ਦਿੱਤੇ ਗਏ ਆ। ਅਤੇ ਮੈਂ ਸਮਝਦਾ ਕਿ ਇਹ ਜੋ ਹਾਲਾਤ ਕਰ ਰਹੇ ਆ, ਇਹਨਾਂ ਦੀ ਜਿਹੜੀ ਮਾਂ ਦੀ ਹਾਹ ਨਿਕਲ ਰਹੀ ਆ, ਜਿਹੜੀ ਉਹ ਭੈਣ ਦੀ ਹਾਹ ਨਿਕਲ ਰਹੀ ਆ, ਉਹ ਕਾਂਗਰਸ ਸਰਕਾਰ ਨੂੰ ਕਿੱਥੇ ਤੱਕ ਲੈ ਕੇ ਜਾਏਗੀ, ਇਹ ਸਮਝਣ ਦੀ ਗੱਲ ਆ ਜਿਹੜੇ ਸਮਝ ਸਕਦੇ ਆ। ਅਤੇ ਮੈਂ ਸਮਝਦਾ ਕਿ ਆਉਣ ਵਾਲੇ ਟਾਈਮ 'ਤੇ ਜੋ ਹਾਲਾਤ ਕਾਂਗਰਸ ਪੰਜਾਬ ਦੇ ਕਰ ਰਹੀ ਹੈ, ਇਹਦੇ ਨਾਲ ਪੰਜਾਬ ਨੂੰ ਅੱਗ 'ਚ ਪਾ ਰਹੀ। ਕੀ ਦੇਖ ਰਹੇ ਹੋ? ਪਟਿਆਲਾ ਟੀਵੀ, ਪਟਿਆਲਾ ਟੀਵੀ ਜੋੜੇ ਆਪ ਜੀ ਨੂੰ ਸੁਣੇ ਪੰਜਾਬ ਅਤੇ ਦੇਸ਼ ਨਾਲ, ਹਮੇਸ਼ਾ ਦੇਖਦੇ ਰਹੋ ਪਟਿਆਲਾ ਟੀਵੀ। ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ, ਪੰਜਾਬ ਦਾ ਨੰਬਰ 1 ਦੁਬਈ ਗਲੋਬਲ ਅਚੀਵਰ ਅਵਾਰਡ ਪ੍ਰਾਪਤ, 1991 ਵਿੱਚ ਸਥਾਪਿਤ ਹੋਈ, ਪਟਿਆਲਾ ਦੀ ਸਵੈ ਰੁਜ਼ਗਾਰ ਪ੍ਰਦਾਨ ਕਰਾਉਣ ਵਾਲੀ ਪਹਿਲੀ ਅਤੇ ਪੁਰਾਣੀ ਸੰਸਥਾ, IPMT ਦੇਸ਼ ਭਗਤ ਯੂਨੀਵਰਸਿਟੀ ਅਤੇ PTU ਤੋਂ ਮਾਨਤਾ ਪ੍ਰਾਪਤ ਮਾਡਰਨ ਟੈਕਨੀਕਾਂ ਰਾਹੀਂ ਬਣੀ 5 ਮੰਜ਼ਿਲਾ ਇਹ ਸੰਸਥਾ, 10ਵੀਂ ਅਤੇ +2 ਤੋਂ ਬਾਅਦ ਗੌਰਮੈਂਟ ਅਤੇ ISO ਸਰਟੀਫਾਈਡ ਡਿਪਲੋਮੇ, OT, DMLT, ਐਕਸਰੇ, ਆਪਥਲਮਿਕ ਅਸਿਸਟੈਂਟ, ECG, ਫਿਜ਼ੀਓਥੈਰੇਪੀ, ਹੁਣ ਹਿੰਦੀ, ਪੰਜਾਬੀ ਤੇ ਅੰਗਰੇਜ਼ੀ ਵਿੱਚ ਵੀ ਕਰ ਸਕਦੇ ਹੋ। ਵਿਦਿਆਰਥੀ ਨੂੰ ਪੜ੍ਹਾਉਣ ਦੀਆਂ ਨਵੀਆਂ ਤਕਨੀਕਾਂ, ਲਾਈਵ ਪ੍ਰੋਜੈਕਟਰ, ਸਲਾਈਡ ਪ੍ਰੋਜੈਕਟਰ, ਓਵਰਹੈਡ ਪ੍ਰੋਜੈਕਟਰ, DMLT ਕੋਰਸਾਂ ਲਈ ਮੈਨੂਅਲ ਅਤੇ ਕੰਪਿਊਟਰਾਈਜ਼ਡ ਲੈਬ, ਆਪਰੇਸ਼ਨ ਥੀਏਟਰ, ਐਕਸਰੇ ਪਲਾਂਟ, ECG ਮਸ਼ੀਨ, ਆਈ ਟੈਸਟਿੰਗ ਅਤੇ ਚਸ਼ਮੇ ਬਣਾਉਣ ਦੀਆਂ ਮਸ਼ੀਨਾਂ, ਹੋਸਟਲ ਅਤੇ ਖਾਣੇ ਦਾ ਖਾਸ ਪ੍ਰਬੰਧ। ਤੁਸੀਂ ਵੀ ਆਪਣੇ ਬੱਚਿਆਂ ਦਾ ਫਿਊਚਰ ਸੰਵਾਰਨਾ ਚਾਹੁੰਦੇ ਹੋ ਤਾਂ ਸਾਡੇ ਇੰਸਟੀਚਿਊਟ ਇੱਕ ਵਾਰ ਆ ਕੇ ਜ਼ਰੂਰ ਵੇਖੋ। ਸੰਪਰਕ ਕਰੋ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ, ਨੇਧ ਰੋਡ, ਫੈਕਟਰੀ ਏਰੀਆ, ਨੇੜੇ ਸ਼ਿਵ ਮੰਦਿਰ, ਪਟਿਆਲਾ। 0175-275-1810-93-560-91-560-90-02, www.gurunanakinstitute.com।